ਮਿੱਠੇ ਗਾਣੇ ਸੁਣਦੇ ਹੋ, ਇਸ ਕਰਕੇ ਰੀਜ਼ਨ ਹੈ ਕਿ ਤੁਸੀਂ ਵੀ ਜ਼ਿਆਦਾ ਮਿੱਠੇ ਮਿੱਠੇ ਗਾਣੇ ਗਾਉਂਦੇ ਹੋ? ਦੇਖੋ ਕਈ ਰਾਗ ਹੁੰਦੇ ਆ ਬਹੁਤ ਮਿੱਠੇ ਹੁੰਦੇ ਆ, ਜਿਵੇਂ ਰਾਗ ਸਾਰੰਗ ਹੋ ਗਿਆ ਤੇ ਵਰਿੰਦਾਵਨੀ ਸਾਰੰਗ ਹੋ ਗਿਆ ਰਾਗ, ਤੇ ਇਸ ਤਰ੍ਹਾਂ ਕਈ ਰਾਗ ਨੇ ਜਿਹੜੇ ਕਿ ਮਿੱਠੇ ਨੇ। ਤੇ ਜਦੋਂ ਆਪਣਾ ਮਿਊਜ਼ਿਕ ਕੰਪੋਜੀਸ਼ਨ ਬੜੀ ਇੰਪੋਰਟੈਂਟ ਚੀਜ਼ ਹੈ ਹਰ ਸੌਂਗ ਦੇ ਵਿੱਚ, ਕਿ ਇੱਕ ਸੈਡ ਲਿਰਿਕਸ ਨੂੰ ਵੀ ਡਾਂਸਿੰਗ ਨੰਬਰ ਬਣਾਇਆ ਜਾ ਸਕਦਾ, ਤੇ ਕੰਪੋਜੀਸ਼ਨ ਇਜ਼ ਵੈਰੀ ਇੰਪੋਰਟੈਂਟ ਆਪਾਂ ਕਿ ਕੁਛ ਕਿਹੜੇ ਰਾਗ ਬੇਸ ਸੌਂਗਸ ਹੁੰਦੇ, ਆਈ ਥਿੰਕ ਉਹ ਮਿੱਠਾ ਬਣਾਉਂਦਾ ਗਾਣੇ ਨੂੰ। ਠੀਕ ਆ, ਕੁਛ ਗਾਉਣਾ ਹਾਰਡ ਲੱਗਦਾ ਇੱਦਾਂ ਲੱਗਦਾ ਕਿ ਯਾਰ ਆਹ ਚੀਜ਼ ਕਰਨੀ ਥੋੜ੍ਹੀ ਡਿਫੀਕਲਟ ਲੱਗਦਾ, ਲੋਕ ਬਹੁਤ ਹੇਕਾਂ ਲਾ ਲਾ ਕੇ ਵੀ ਗਾਉਂਦੇ ਆ? ਦੇਖੋ ਇਹ ਕਾਫੀ ਚੀਜ਼ਾਂ ਐਕਸਪੀਰੀਅੰਸ ਬੇਸਡ ਵੀ ਹੁੰਦੀ ਹੈ, ਇੰਟਰਸਟ ਬੇਸਡ ਵੀ ਹੁੰਦੀ ਹੈ, ਤੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਵੇਂ ਰਿਚਾ ਜੀ ਉਹ ਤਾਂ ਬਹੁਤ ਉਹਨਾਂ ਦੀ ਕੌਣ ਰੀਸ ਕਰ ਲਏਗਾ, ਪਰ ਜਿਵੇਂ ਉਹ ਗਾਉਂਦੇ ਨੇ ਉਹਨਾਂ ਨੂੰ ਇੱਕ ਗੋਡ ਗਿਫਟ ਵੀ ਹੈਗਾ, ਉਹਨਾਂ ਨੇ ਬਹੁਤ ਤਪੱਸਿਆ ਵੀ ਕੀਤੀ ਹੋਈ ਹੈ, ਤੇ ਉਹ ਜਿਵੇਂ ਗਾਉਂਦੇ ਉਹਨਾਂ ਵਾਂਗੂ ਉਹਨਾਂ ਨੂੰ ਕਿਤੇ ਨਾ ਕਿਤੇ ਆਈਡਲ ਮੰਨਦੇ। ਉਹਦਾ ਕਿਹੜਾ ਗਾਣਾ ਲੱਗਦਾ? ਹੀਰ। ਹੀਰ? ਹਾਂ, ਤੁਸੀਂ ਸੁਣਿਆ? ਮੈਂ ਸੁਣਿਆ, ਮੈਂ ਚਲਾਇਆ ਵੀ ਆਪਣੇ ਸ਼ੋਅ ਦੇ ਵਿੱਚ, ਬਹੁਤ ਵਾਰ ਚਲਾਇਆ, ਲੋਕੀ ਰਿਕੁਐਸਟ ਵੀ ਕਰਦੇ ਸੀਗੇ ਨਾ, ਜਦੋਂ ਮੈਂ ਪਹਿਲੀ ਵਾਰ ਚਲਾਇਆ, ਦੂਜੀ ਵਾਰ ਚਲਾਇਆ, ਤੀਸਰੀ ਵਾਰ ਤੋਂ ਉਸ ਗਾਣੇ ਦਾ ਰਿਕਾਰਡ ਬਣ ਗਿਆ ਨਾ, ਲੋਕੀ ਰਿਕੁਐਸਟ ਕਰ ਰਹੇ ਸੀ ਉਹ ਵਾਲਾ ਗਾਣਾ ਸੁਣਨਾ। ਸੱਚੀ? ਹਾਂ। ਮੈਨੂੰ ਇਹ ਬਿਲਕੁਲ ਇਸ ਗੱਲ ਦਾ ਇਲਮ ਨਹੀਂ ਹੈ ਕਿ ਇਹਦੀ ਰਿਕੁਐਸਟ ਆਈਆਂ ਨੇ। ਹਾਂ, ਰਿਕੁਐਸਟ ਆਈਆਂ ਸੀਗੀਆਂ ਇਹਦੀਆਂ, ਇਵਨ ਆਈ ਥਿੰਕ ਪਿਛਲੇ ਹਫਤੇ ਵੀ ਕਦੇ ਰਿਕੁਐਸਟ ਆਈ ਸੀ ਇਸ ਗਾਣੇ ਦੀ। ਅੱਛਾ, ਹਾਂ, ਲੋਕੀ ਹਜੇ ਵੀ ਸੁਣ ਰਹੇ ਆ। ਡਾਂਗ ਇੱਕ ਥੋੜ੍ਹਾ ਵੀਡੀਓ ਨੂੰ ਅਰਬਨ ਬਣਾਉਣ ਦੀ ਕੋਸ਼ਿਸ਼ ਅਸੀਂ ਕੀਤੀ ਹੈ, ਅਤੇ ਜਿਹੜੇ ਲਿਰਿਕਸ ਨੇ ਉਹ ਇੱਕ ਜਿਵੇਂ ਪੰਜਾਬੀ ਫਾਦਰਸ ਹੁੰਦੇ ਹੈ, ਅਤੇ ਮੈਨੂੰ ਸੀਗਾ ਮੈਂ ਥੋੜ੍ਹੇ ਆਪਣੇ ਫਾਦਰ ਨੂੰ ਮਾਇੰਡ 'ਚ ਰੱਖਦੇ ਹੋਏ ਉਹ ਇੱਕ ਚੀਜ਼ ਨੂੰ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਰਾਈਟਰ ਮੇਰੇ ਕੋਲ ਆਏ, ਮੇਰੇ ਫਰੈਂਡ, ਉਹਨਾਂ ਨੇ ਕਿਹਾ ਵੀ ਆਹ ਦੇਖੋ ਤਾਂ ਅਸੀਂ ਇਹ ਚੀਜ਼ ਤਿਆਰ ਕੀਤੀ ਹੈ ਕਿ ਤੁਹਾਨੂੰ, ਉਹ ਬਾਈ ਚਾਂਸ ਮੈਨੂੰ ਸੂਟ ਕਰ ਗਈ ਉਹ ਚੀਜ਼, ਅਤੇ ਜ਼ਿਆਦਾ ਸੋਚਿਆ ਨਹੀਂ, ਉਹ ਇੱਕਦਮ ਕਲਿੱਕ ਕਰ ਗਈ ਕਿਉਂਕਿ ਲਿਰਿਕਸ ਸਾਹਮਣੇ ਸੀਗੇ, ਉਹ ਕਿਤੇ ਨਾ ਕਿਤੇ ਚੀਜ਼ ਮੈਂ ਰਿਲੇਟ ਕਰ ਲਈ ਤੇ ਮੂਡ ਬਣ ਗਿਆ ਜੀ ਡਬ ਕਰ ਲਓ। ਠੀਕ ਆ, ਅੱਜ ਕੱਲ੍ਹ ਪੰਜਾਬੀ ਇੰਡਸਟਰੀ 'ਚ ਇੱਕ ਹੋਰ ਦੌਰ ਚੱਲ ਰਿਹਾ ਕਿ ਜਿਹੜੀਆਂ ਵੀਡੀਓਜ਼ ਆ ਰਹੇ ਨੇ, ਮੂਵੀਜ਼ ਆ ਰਹੇ ਨੇ, ਮੋਸਟਲੀ ਫੋਕਸ ਕੀਤਾ ਜਾਂਦਾ ਪੰਜਾਬ ਦੇ ਪੁਰਾਣੇ ਕਲਚਰ ਦੇ ਉੱਪਰ, ਲੋਕੇਸ਼ਨ ਵੀ ਕੁਛ ਉੱਦਾਂ ਦੀ ਲਈ ਜਾਂਦੀ ਹੈ, ਸੋ ਤੁਸੀਂ ਅਰਬਨ ਕੀਤਾ ਹੈ ਵੀਡੀਓ ਨੂੰ, ਥੋੜ੍ਹਾ ਐਕਸਪੈਰੀਮੈਂਟ ਕਰਦੇ ਡਰ ਨਹੀਂ ਲੱਗਾ? ਮੇਰੇ ਜਿਹੜੇ ਜੋ ਵੀ ਹੋਵੇ ਮੇਰਾ ਮਾਹੀ, ਹੋਵੇ ਮੇਰੇ ਦਿਲ ਦਾ ਰਾਹੀ, ਅੱਖੀਆਂ ਤੋਂ ਨਾ ਹੋਵੇ ਓਲੀ, ਬੋਲੀ ਜੋ ਰੂਹਾਂ ਦੀ ਬੋਲੀ, ਉਮਰ ਵਾਲੀ ਸਾਂਝ ਆਵੇ ਮੇਰੇ ਤੋਂ ਨਾ ਦੂਰ ਜਾਵੇ, ਹੋਵੇ ਇੱਕੋ ਲੱਖਾਂ ਦੇ ਵਿੱਚ ਮੇਰੇ ਦੋਵੇਂ ਹੱਥਾਂ ਦੇ ਵਿੱਚ, ਰੱਬਾ ਮੇਰੇ ਉਹਦੇ ਨਾਮ ਦੀ, ਰੱਬਾ ਮੇਰੇ ਉਹਦੇ ਨਾਮ ਦੀ, ਖਿੱਚ ਕੇ ਭੇਜੀ ਲਕੀਰ, ਮੈਂ ਨੀ ਬਣਨਾ ਸਹਿਬਾਨੀ ਮੋਏ, ਮੈਂ ਨੀ ਬਣਨਾ ਹੀਰ, ਮੈਂ ਨੀ ਬਣਨਾ ਸਹਿਬਾਨੀ ਮੋਏ, ਮੈਂ ਨੀ ਬਣਨਾ ਹੀਰ। ਕਿਆ ਬਾਤ ਹੈ ਹੀਰੇ ਜੀ, ਤੁਸੀਂ ਇੰਨੇ ਸੋਹਣੇ, ਤੁਸੀਂ ਕਦੇ ਸੋਚਿਆ ਨਹੀਂ ਯਾਰ ਐਕਟਿੰਗ ਉਕਟਿੰਗ ਵੀ ਕਰ ਲੈਂਦੇ ਆ ਮੂਵੀਜ਼ ਦੇ ਵਿੱਚ? ਜੀ ਤਾਂ ਕਰਦਾ, ਜੀ ਤਾਂ ਕਰਦਾ ਵੀ ਇਹ ਵਾਲਾ ਸ਼ੌਕ ਵੀ ਪੂਰਾ ਕਰ ਲਈਏ, ਪਾਪਾ ਮੰਨਦੇ ਨੇ। ਅੱਛਾ, ਉਹ ਕਹਿੰਦੇ ਐਕਟਿੰਗ ਨਹੀਂ ਕਰਨੀ ਹੈ? ਨਹੀਂ ਨਹੀਂ, ਉਹ ਕਹਿੰਦੇ ਐਕਟਿੰਗ ਕਰ ਲਾ ਪਰ ਤੂੰ ਟਾਈਮ ਕਿਵੇਂ ਕੱਢੇਂਗੀ ਕੁੜੀਏ, ਤੇ ਕੰਮ ਕੌਣ ਸਾਂਭੂਗਾ? ਅੱਛਾ, ਮਤਲਬ ਮੂਵੀ ਤਾਂ 1.5-2 ਮਹੀਨਾ ਮੰਗਦੀ ਹੈ ਪੂਰਾ। 1.5-2 ਮਹੀਨਾ ਵੀ, ਉਸ ਤੋਂ ਪਹਿਲਾਂ ਪ੍ਰੈਕਟਿਸ ਹੁੰਦੀ ਹੈ, ਰਿਹਰਸਲਸ ਹੁੰਦੇ, ਤੁਹਾਨੂੰ ਪ੍ਰੋਮੋਸ਼ਨਸ ਲਈ ਬਹੁਤ ਜਾਣਾ ਪੈਂਦਾ, ਤੇ ਤਾਂ ਇਹੀ ਲੱਗਦਾ ਵੀ ਐਵੇਂ ਸਕਿਨ ਕਾਹਤੋਂ ਡੈਮੇਜ। ਠੀਕ ਹੈ, ਤੁਹਾਡੀ ਪਰਸ 'ਚ ਹਮੇਸ਼ਾ ਚੀਜ਼ਾਂ ਹੁੰਦੀਆਂ ਆ? ਹਾਂ, ਕਦੇ ਕੁਛ ਹੁੰਦਾ, ਕਦੇ ਕੁਛ ਹੁੰਦਾ, ਕਦੇ ਕੁਛ ਵੀ ਨਹੀਂ ਹੁੰਦਾ। ਠੀਕ ਹੈ, ਤੁਸੀਂ ਅੱਜ ਬਹੁਤ ਅਰਨ ਕਰ ਰਹੇ ਹੋ, ਪਰ ਜਦੋਂ ਫਸਟ ਟਾਈਮ ਤੁਸੀਂ ਅਰਨ ਕੀਤਾ ਸੀਗਾ ਤੇ ਉਸ ਕਮਾਈ ਦਾ ਕੀ ਕੀਤਾ ਸੀਗਾ? ਖਰਚ ਤਾਂ ਸਾਰੇ ਖਰਚ ਤੇ ਨਹੀਂ, ਥੋੜੇ ਜਿਹੇ ਰੱਖ ਲਏ, ਥੋੜੇ ਜਿਹੇ ਖਰਚ ਤੇ। ਨਹੀਂ, ਮਤਲਬ ਕਿਸੇ ਲਈ ਗਿਫਟਸ ਲਏ? ਹੁਣ ਖੁਦ ਲਈ ਕੀ ਚੀਜ਼ ਬਾਏ ਕੀਤੀ ਸੀਗੀ? ਆਹ ਵਾਚ। ਓ, ਇਹਨੀ ਮਹਿੰਗੀ ਵਾਚ? ਨਹੀਂ, ਜ਼ਿਆਦਾ ਨਹੀਂ ਹੈਗੀ ਹੈ, ਦੇਖਣ ਨੂੰ ਲੱਗਦੀ ਪਰ ਠੀਕ ਠਾਕ ਜਿਹੀ ਹੈ। ਅੱਛਾ, ਫਿਰ ਵੀ ਦੇਖਣ ਨੂੰ ਮਹਿੰਗੀ ਲੱਗਦੀ ਹੈ, ਸੋ ਮੈਨੂੰ ਲੱਗਾ ਕਿ ਅੱਛਾ ਇੰਨੀ ਕਮਾਈ ਕਰ ਲਈ ਸੀ ਪਹਿਲੀ ਅਰਨਿੰਗ 'ਚ। ਕਿਆ ਬਾਤ ਹੈ, ਸੋ ਸਾਡੇ ਜਿਹੜੇ ਜਲੰਧਰ ਵਾਲੇ ਸੁਣ ਰਹੇ ਆ ਉਹਨਾਂ ਲਈ ਕੋਈ ਮੈਸੇਜ ਤੁਹਾਡੇ ਵੱਲੋਂ? ਉਹਨਾਂ ਲਈ ਇਹੀ ਮੈਸੇਜ ਹੈ ਵੀ ਕਿ ਆਈ ਥਿੰਕ ਦੇਰ ਇਜ਼ ਵਨ ਥਿੰਗ ਮਿਸਿੰਗ ਇਨ ਆਲ ਅਰ ਲਾਈਵਸ ਵਿਚ ਇਜ਼ ਗੁੱਡ ਹੈਲਥ। ਮੈਂ ਕਾਰਪੋਰੇਟ ਆਫਿਸਿਸ ਵੀ ਦੇਖਦੀ, ਤਾਲੀ ਨਾ ਤੂੰ ਮੇਰੀ ਇੱਕ ਗੱਲ ਮੰਨ ਵੇ,
ਥੱਲੇ ਬਹਿ ਕੇ ਪੜ ਕੁੜੀਏ ਉਹ ਕਹਿਣ ਲੋਕਾਂ ਵਾਂਗੂ ਤੰਗ ਨਹੀਂ ਉਹ ਵੇੜੀਆਂ ਬਾਪੂ ਲੈ ਕੇ ਡਾਂਗ ਘੁੰਮਦਾ ਤੂੰ ਹੋਰ ਮਾਰੀ ਨਾ ਗਲੀ ਦੇ ਵਿੱਚ ਗੇੜੀਆਂ ਮੇਰਾ ਡੈਡੀ ਲੈ ਕੇ ਡਾਂਗ ਘੁੰਮਦਾ ਤੂੰ ਹੋਰ ਮਾਰੀ ਨਾ ਗਲੀ ਦੇ ਵਿੱਚ ਗੇੜੀਆਂ Superb! Thank you so much, Studio Andali. Thank you so much. Thank you, Preet. Thank you so much for calling me. The balki main 12 baje I was just sleeping and then hun ithe aake thoda ja na mood ja fresh ho gaya. Thank you so much and good luck. Thank you. Thank you, everyone.